ਟੀਵੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿੱਧੇ ਵੱਲੋਂ ਪਿਆਰ ਤੇ ਇੱਕ ਫਿਰ ਸਤਿ ਸ੍ਰੀ ਅਕਾਲ ਤੇ ਅੱਜ ਦੇ ਇਸ ਪ੍ਰੋਗਰਾਮ 'ਚ ਗਾ ਸਵਾਗਤ ਜੀ ਆਇਆਂ ਨੂੰ। ਉਮੀਦ ਹੈ ਕਿ ਸਵੇਰ ਤੇ ਤੁਸੀਂ ਟੀਵੀ ਤੇ ਪ੍ਰਸਾਰਿਤ ਵੱਖ-ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ। ਇੱਕ ਵਾਰ ਫਿਰ ਆਪਣੇ ਨਾਲ ਜਸਵੀਰ ਸਿੰਘ ਹੁੰਦਰ ਹੋਰੀ ਨੇ, ਜਿਨ੍ਹਾਂ ਦੇ ਨਾਲ ਆਪਾਂ ਪੈਸੇ ਧੇਲੇ ਬਾਰੇ ਗੱਲਬਾਤ ਕਰਿਆ ਕਰਦੇ ਹਾਂ। ਜਸਵੀਰ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਵੀਰ ਜੀ, ਤੁਹਾਨੂੰ ਤੇ ਪ੍ਰੋਗਰਾਮ ਵੇਖ ਰਹੇ ਸਾਰੇ ਭੈਣ ਭਰਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜਦੋਂ ਰਿਪੋਰਟਸ ਆਉਂਦੀਆਂ ਨੇ ਜੀ, ਕੈਨੇਡਾ ਦੀ ਇੱਕ ਵੱਡੀ ਵਸੋਂ ਜਿਹੜੀ ਆ ਉਹ ਡੈਟ ਦੇ ਵਿੱਚ ਰਹਿ ਰਹੀ ਆ, ਜਿਹੜੀ ਹੈਂਡ ਟੂ ਮਾਊਥ ਆ, ਜਿਹੜੀ ਜਿੰਨਾ ਕੁ ਕਮਾਉਂਦੀ ਉਨਾ ਕੁ ਖਾ ਲੈਂਦੀ। ਬਿਲਕੁਲ, ਕਿੰਨੀ ਕੁ ਰੇਸ਼ੋ ਆ ਇਹ? ਆਲਮੋਸਟ 48%, 48% ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ ਇਨਕਮ ਦੇ ਵਿੱਚ ਜੇ $200 ਦਾ ਗੈਪ ਪੈ ਜੇ ਜੀ, ਉਹ ਕਰਜ਼ੇ ਦੇ ਵਿੱਚ ਫਸ ਜਾਂਦੇ। $200 ਦੀ ਲਿਮਿਟ ਆ ਉਹਨਾਂ ਕੋਲ ਜੀ। ਦੇਖੋ, ਇਹ ਕਿਸੇ ਵੇਲੇ ਤੁਹਾਡੇ ਕੰਮ ਤੋਂ ਛੁੱਟੀ ਹੋ ਗਈ, ਤੁਸੀਂ ਕਿਤੇ ਸਿੱਕ ਕਾਲ ਕਰਤੀ ਅਤੇ $200 ਦੀ ਜਿਹੜੀ ਤੁਹਾਡੀ ਲਾਈਨ ਹੈ ਜੀ, ਉਹ ਡਰੋਪ ਹੋ ਜਾਏਗੀ। ਅਤੇ 48% ਇਹੋ ਜਿਹੇ ਲੋਕ ਨੇ ਜਿਹੜੇ $200 ਦੀ ਰੇਸ਼ੋ ਦੇ ਵਿੱਚ ਨੇ, ਕਿ ਜੇ $200 ਉਹਨਾਂ ਦੀ ਇਨਕਮ ਘੱਟ ਜਾਂਦੀ ਹੈ ਮੰਥਲੀ, ਤਾਂ ਉਹ ਕਰਜ਼ੇ ਦੀ ਮੁਸੀਬਤ ਦੇ ਵਿੱਚ ਫਸ ਜਾਣਗੇ ਜੀ। ਇਸ ਦੇ ਵਿੱਚ 32% ਲੋਕ ਇਹੋ ਜਿਹੇ ਨੇ ਜਿਹੜੇ ਆਲਰੇਡੀ ਡੈਟ ਦੇ ਵਿੱਚ ਨੇ, ਜਿਨ੍ਹਾਂ ਦੇ ਉੱਤੇ ਆਲਰੇਡੀ ਅਰਾਊਂਡ $30,000 to $40,000 ਦਾ ਕਰਜ਼ਾ। ਇਹ ਜਿਹੜੀ ਤੁਹਾਡੇ ਕੋਲ ਤਾਂ ਸਟੱਡੀਜ਼ ਆਉਂਦੀਆਂ ਨੇ, ਇਹ ਕੀ ਕਾਰਨ ਹੁੰਦਾ ਆ, ਇੰਨੇ ਡੈਟ ਦੇ ਵਿੱਚ ਕਿਉਂ ਜਾਂਦੇ ਨੇ? ਇਨਕਮ ਘੱਟ ਨੇ, ਖਰਚੇ ਵੱਧ ਨੇ, ਜਾਂ ਫਿਰ ਕੋਈ ਹੋਰ ਕਾਰਨ? ਹਾਂ, ਇਹਦੇ ਵਿੱਚ ਜੀ ਮੋਸਟਲੀ ਇਹੀ ਕਾਰਨ ਹੈ ਕਿ ਲੋਕਾਂ ਨੇ ਓਵਰ ਐਕਸਟੈਂਡਡ ਕ੍ਰੈਡਿਟ ਖਰਚੇ ਹੋਏ ਨੇ ਜੀ, ਕਮਾਈ ਉਹਨਾਂ ਦੀ ਘੱਟ ਹੈ, ਖਰਚੇ ਉਹਨਾਂ ਦੇ ਵੱਧ ਨੇ ਜੀ। ਕਿਉਂਕਿ ਐਵਰੇਜ ਜਿਹੜੇ ਲੋਕ ਰੈਂਟ 'ਤੇ ਰਹਿੰਦੇ ਨੇ ਨਾ, ਉਹਨਾਂ ਦੀ 75% ਜਿਹੜੀ ਇਨਕਮ ਹੈ ਉਹ ਕਮਾਈ ਹੈ ਜਿਹੜੀ, ਉਹ ਰੈਂਟ ਦੇ ਵਿੱਚ ਜਾਂਦੀ ਹੈ ਜੀ। ਹੁਣ ਜੇ 75% ਕਮਾਈ ਉਹਨਾਂ ਦੀ ਰੈਂਟ ਦੇ ਵਿੱਚ ਜਾ ਰਹੀ ਹੈ, ਜਾਂ ਹਾਊਸ ਹੋਲਡ ਦਾ ਖਰਚਾ ਜੀ, ਜਿਹੜੇ ਰੈਂਟ 'ਤੇ ਨਹੀਂ ਵੀ ਰਹਿੰਦੇ, ਉਹ ਘਰ 'ਚ ਰਹਿੰਦੇ ਨੇ, ਉਹਨਾਂ ਦੀ ਮੌਰਗੇਜ ਅਤੇ ਉਹਨਾਂ ਦੇ ਘਰ ਦਾ ਖਰਚਾ ਜਿਹੜਾ ਜੀ, ਵੀ ਗਰੋਸਰੀ ਪਾਣੀ ਦੇ ਖਰਚੇ ਗੱਲ ਕਰਦਾ, ਬਾਕੀ ਜਿਹੜੇ ਫਾਲਤੂ ਖਰਚੇ ਨੇ ਉਹਨਾਂ ਦੇ ਨੇ, ਉਹ ਆਲਮੋਸਟ 90% ਨੇ ਜੀ ਉਹਨਾਂ ਦੀ ਕਮਾਈ ਦੇ। ਜੇ ਉਹ 90% ਹਾਊਸ ਹੋਲਡ ਦਾ ਖਰਚਾ, ਉਹਨਾਂ ਨੇ ਕਾਰ ਦੀ ਕਿਸ਼ਤ ਵੀ ਦੇਣੀ ਹੈ, ਉਹਨਾਂ ਨੇ ਕਾਰ ਦੀ ਇੰਸ਼ੋਰੈਂਸ ਵੀ ਦੇਣੀ ਹੈ, ਉਹਨਾਂ ਨੇ ਕਿਤੇ ਬਾਹਰੋਂ ਲੰਚ ਡਿਨਰ ਵੀ ਕਰਨਾ, ਅਤੇ ਕਮਾਈ ਕਿੱਥੋਂ ਪੂਰੀ ਪੈਜੇ? ਦਰਅਸਲ ਬਹੁਤੀ ਵਾਰੀ ਅਸੀਂ ਬਜਟ ਨਹੀਂ ਬਣਾਉਂਦੇ। ਬਿਲਕੁਲ, ਅਸੀਂ ਘਰ ਵੀ ਜਦੋਂ ਲੈਣ ਲੱਗਦੇ ਹਾਂ, ਚਾਹੇ ਕੋਈ ਅਪਾਰਟਮੈਂਟ ਲੈਣੀ ਹੋਵੇ, ਤਾਂ ਅਸੀਂ ਕਹਿੰਦੇ ਭਾਈ ਇੰਨੀ ਮੋਰਗੇਜ ਆ, ਇੰਨੀ ਕਿਸ਼ਤ ਆਉਣੀ ਹੈ, ਉਦੋਂ ਨਾ ਸਾਨੂੰ ਪਤਾ ਹੁੰਦਾ ਭਾਈ ਇਹਦੀ ਕਲੋਜ਼ਿੰਗ ਕੋਸਟ ਵੀ ਆਉਣੀ ਹੈ, ਫਿਰ ਬਾਅਦ ਦੇ ਵਿੱਚ ਨਾ ਹੀ ਸਾਨੂੰ ਇਹ ਹੁੰਦਾ ਕਿ ਪਤਾ ਨਹੀਂ ਪਰਦੇ ਵਿੱਚ ਲੱਗੇ, ਜੇ ਨਵਾਂ ਘਰ ਆ ਭਾਈ ਪਰਦੇ ਵੀ ਆਪ ਲਵਾਉਣੇ ਪੈਣੇ ਆ, ਡਰਾਈਵੇ ਵੀ ਤੁਹਾਨੂੰ ਆਪ ਜਿਹੜਾ ਜੀ ਉਹ ਅਪਲਾਈਸਿਸ ਵੀ ਤੁਹਾਨੂੰ ਆਪ ਲੈਣੇ ਪੈਣੇ ਆ, ਫਿਰ ਜਦੋਂ ਬੰਦੇ ਨੇ ਆਪਣਾ ਨਵਾਂ ਨਵੀਂ ਕੋਈ ਚੀਜ਼ ਲਈ ਹੁੰਦੀ ਹੈ, ਫਿਰ ਬੰਦਾ ਕਹਿੰਦਾ ਕੋਈ ਫੁੱਲ ਬੂਟਾ ਵੀ ਲੱਗਾ ਹੋਵੇ, ਫੁੱਲ ਬੂਟਾ ਵੀ ਲਾਉਣਾ ਪੈਣਾ, ਫਰਨੀਚਰ ਵੀ ਲੈਣਾ ਪੈਣਾ, ਕਿਉਂਕਿ ਜੇ ਤੁਸੀਂ ਨਿੱਕੇ ਘਰ 'ਚੋਂ ਵੱਡੇ ਘਰ 'ਚ ਜਾਂਦੇ ਹੋ ਜੀ, ਅਤੇ ਜਿਹੜਾ ਪੁਰਾਣਾ ਫਰਨੀਚਰ ਆ ਉਹ ਤੁਹਾਡੇ ਕੰਮ ਦਾ ਨਹੀਂ, ਉਹ ਬਾਕੀ ਜਿਹੜੇ ਵਾਸ਼ਰੂਮਾਂ ਦੇ ਗਾਰ ਵਿੱਚ ਬੈਨੇ ਨਹੀਂ ਮਾਨ ਜੀ, ਕਈ ਵਾਰ ਤਾਂ ਨਿੱਕੀ ਨਿੱਕੀ ਚੀਜ਼ ਜਿਹੜੀ ਆ ਜੀ, ਬੰਦਾ ਚਾਅ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਲੈ ਕੇ ਰੱਖਦਾ, ਅਤੇ ਜਦੋਂ ਫਿਰ ਪੈਸੇ ਨਹੀਂ ਕੋਲ ਹੁੰਦੇ ਤਾਂ ਉਦੋਂ ਫਿਰ ਬੰਦਾ ਕ੍ਰੈਡਿਟ ਕਾਰਡ ਵਰਤਣੇ ਸ਼ੁਰੂ ਕਰ ਦਿੰਦਾ। ਬਿਲਕੁਲ ਜੀ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਚੀਜ਼ਾਂ ਨਾ ਲਓ ਜੀ, ਡੈਫੀਨੇਟਲੀ ਲਓ, ਵੱਡਾ ਘਰ ਲਓ, ਸੋਹਣੀ ਗੱਡੀ ਲਓ, ਪਰ ਆਪਣੀ ਵਿੱਤ ਦੇ ਹਿਸਾਬ ਨਾਲ ਲਓ, ਆਪਣੀ ਜੇਬ ਦੇ ਹਿਸਾਬ ਨਾਲ। ਦੇਖਣ ਵਾਲੀ ਗੱਲ ਆ ਰਾਣਾ ਜੀ ਕਿ ਨੀਡ ਐਂਡ ਵਾਂਟ ਜੀ, ਦੋ ਚੀਜ਼ਾਂ ਦਾ ਜੇ ਤੁਸੀਂ ਫਰਕ ਸਮਝ ਲਓਗੇ ਨਾ, ਤਾਂ ਤੁਸੀਂ ਹੋ ਸਕਦਾ ਕਿ ਇਹਨਾਂ ਮੁਸੀਬਤਾਂ ਦੇ ਵਿੱਚ ਨਾ ਫਸੋ। ਨੀਡ ਕੀ ਆ ਜੀ? ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਜੀ, ਉਹ ਚੀਜ਼ ਲੈਣੀ ਹੀ ਪੈਣੀ ਹੈ ਐਕਚੁਲੀ। ਵਾਂਟ, ਹਰੇਕ ਬੰਦਾ ਚਾਹੁੰਦਾ ਮੇਰੇ ਕੋਲ ਆਹ ਵੀ ਚੀਜ਼ ਹੋਵੇ, ਮੇਰੇ ਕੋਲ ਵੱਡੀ ਗੱਡੀ ਹੋਵੇ, ਵਧੀਆ ਫਰਨੀਚਰ ਪਿਆ ਹੋਵੇ ਘਰ ਦੇ ਵਿੱਚ, ਲੀੜਾ ਕੱਪੜਾ ਹੀ ਆ ਮੰਨ ਲਓ, ਲੀੜਾ ਕੱਪੜਾ ਮੇਰਾ, ਵਧੀਆ ਲਾਈਫ ਸਟਾਈਲ ਹੋਵੇ, ਐਗਜੈਕਟਲੀ। ਪਰ ਜੇ ਤੁਹਾਡੀ ਜੇ ਵੀ ਅਲਾਓ ਨਹੀਂ ਕਰਦੀ ਤਾਂ ਤੁਸੀਂ ਕਿਉਂ ਪੰਗਾ ਲੈਂਦੇ ਹੋ ਜੀ? ਵੀ ਕਈ ਵਾਰ ਲੋਕ ਇਹ ਸੋਚਦੇ ਨੇ ਯਾਰ ਵੀ ਕਾਰ ਆ ਲੈ ਲੈਂਦੇ ਹਾਂ ਰੈਂਟ 'ਤੇ ਇੰਨੀ, ਜਾਂ ਲੀਜ਼ 'ਤੇ ਲੈ ਲੈਂਦੇ ਹਾਂ, ਜਾਂ ਫਾਈਨਾਂਸ ਕਰਾ ਲੈਂਦੇ ਹਾਂ, ਇੰਨੇ ਪੈਸੇ ਜਾਣੇ ਨੇ। ਫਰਨੀਚਰ ਤੁਸੀਂ ਲੀਜ਼ 'ਤੇ ਲਿਆ ਹੁੰਦਾ, ਫਾਈਨਾਂਸ 'ਤੇ ਲਿਆ ਹੁੰਦਾ, ਘਰ ਦੇ ਅਪਲਾਈਸਿਸ ਜਿਹੜੇ ਆ ਉਹ ਤੁਸੀਂ ਫਾਈਨਾਂਸ ਕਰਾ ਕੇ ਲਏ ਹੁੰਦੇ ਆ, ਘਰ ਜਿਹੜਾ ਉਹ ਫਾਈਨਾਂਸ ਕਰਾਇਆ ਹੋਇਆ ਜੀ। ਨੀਂਦ ਕਿੱਦਾਂ ਆਏਗੀ? ਨੀਂਦ ਤਾਂ ਉੱਡਣੀ ਉੱਡਣੀ ਹੈ ਨਾ ਜੀ ਜੀ। ਮੇਨ ਲੋਕਾਂ ਦੇ ਡਿਪਰੈਸ਼ਨ ਦੇ ਵਿੱਚ, ਕੈਨੇਡਾ ਦੇ ਵਿੱਚ ਮੇਨ ਜਾਣ ਦਾ ਕਾਰਨ ਆ ਕਰਜ਼ਾ ਜੀ। ਅਤੇ ਕਰਜ਼ਾ ਬਿਮਾਰੀ ਦੀ ਤਰ੍ਹਾਂ, ਜਿਵੇਂ ਬਿਮਾਰੀ ਦਾ ਤੁਸੀਂ ਸਮੇਂ ਸਿਰ ਇਲਾਜ ਨਹੀਂ ਲੱਭਦੇ ਅਤੇ ਕਈ ਵਾਰ ਤੁਹਾਡੇ ਲਈ ਘਾਤਕ ਸਿੱਧ ਹੋ ਜਾਂਦੀ ਹੈ, ਇਸੇ ਤਰ੍ਹਾਂ ਜੇ ਤੁਸੀਂ ਕਰਜ਼ੇ ਦਾ ਸਮੇਂ ਸਿਰ ਇਲਾਜ ਨਹੀਂ ਲੱਗਦੇ ਤਾਂ ਇਹ ਵੀ ਤੁਹਾਡੇ ਲਈ ਘਾਤਕ ਬਿਮਾਰੀ ਬਣ ਸਕਦਾ ਜੀ। ਪਹਿਲੀਆਂ ਦੇ ਵਿੱਚ ਕੀ ਹੁੰਦਾ ਸੀ ਕਿ ਜੇ ਤੁਸੀਂ ਅਕਾਊਂਟ ਖੋਲ੍ਹ ਆਏ ਹੋ, ਉਸ ਤੋਂ ਬਾਅਦ ਤੁਸੀਂ ਕ੍ਰੈਡਿਟ ਵਾਸਤੇ, ਕਾਰਡ ਵਾਸਤੇ ਐਪਲੀਕੇਸ਼ਨ ਕੀਤੀ ਹੈ, ਅਤੇ ਕਈ ਕਈ ਸਾਲ ਤੁਹਾਨੂੰ ਕ੍ਰੈਡਿਟ ਕਾਰਡ ਮਿਲਦਾ ਨਹੀਂ ਸੀ। ਬਿਲਕੁਲ ਜੀ, ਮੇਰੇ ਨਾਲ ਆਪਣੇ ਨਾਲ ਹੋਇਆ, ਮੈਨੂੰ 7 ਸਾਲ ਬਾਅਦ ਕ੍ਰੈਡਿਟ ਕਾਰਡ ਮਿਲਿਆ ਜੀ। ਅੱਛਾ, ਜਦੋਂ ਮੈਂ 97 ਦੇ ਵਿੱਚ ਮੈਂ ਕੈਨੇਡਾ ਦੇ ਵਿੱਚ ਆਇਆ ਅਤੇ ਮੈਨੂੰ ਆਫਟਰ 7 ਈਅਰ ਪਹਿਲਾ ਕ੍ਰੈਡਿਟ, 7 ਈਅਰ ਬਾਅਦ ਪਹਿਲਾ ਕ੍ਰੈਡਿਟ ਕਾਰਡ ਮਿਲਿਆ, ਉਹ ਵੀ ਮੈਨੂੰ ਆਪਣੀ ਸਿਸਟਰ ਦੇ ਨਾਲ ਕੋਸਾਈਨਰ ਪੈ ਗਿਆ ਜੀ।
ਜੀ ਪਰ ਅੱਜ ਕੱਲ੍ਹ ਜਦੋਂ ਤੁਸੀਂ ਅਕਾਊਂਟ ਖੁਲਾਉਣ ਜਾਂਦੇ ਆ ਤਾਂ ਬੈਂਕਾਂ ਕਹਿੰਦੀਆਂ ਕਿ ਭਾਈ ਤੁਹਾਨੂੰ ਉਹ $500 ਦਾ ਉਸੇ ਵੇਲੇ ਔਫਰ ਕਰ ਦਿੰਦੇ ਨੇ, ਬਿਲਕੁਲ $1,000 ਦਾ ਕਰ ਦਿੰਦੇ ਨੇ, ਫਿਰ ਤੁਸੀਂ ਕਿਸੇ ਸਟੋਰ ਦੇ ਵਿੱਚ ਵੜਨ ਲੱਗਦੇ ਹੋ ਤੇ ਉੱਥੇ ਉੱਥੇ ਆਫਰ ਬੈਠੇ ਨੇ ਹੁੰਦਾ ਜੀ ਉਹ ਪਹਿਲਾਂ ਔਫਰ ਕਰਦੇ ਤੁਸੀਂ ਆਹ ਗਿਫਟ ਲੈਣਾ, ਉਹ ਬੰਦਾ ਗਿਫਟ ਵੱਲ ਦੇਖ ਕੇ ਫ੍ਰੀ ਦਾ ਮਿਲਦਾ, ਆਹ ਐਪਲੀਕੇਸ਼ਨ ਭਰ ਦਿਓ ਜੀ, ਜਿਹੜਾ ਸਾਡਾ ਇਹ ਰਵੱਈਆ ਸਹੀ ਹੈ? ਬਿਲਕੁਲ ਗਲਤ ਆ ਜੀ ਇਹ ਰਵੱਈਆ। ਵੇਖੋ ਜਿਹੜਾ ਕ੍ਰੈਡਿਟ ਕਾਰਡ ਤੁਹਾਨੂੰ ਅਕਾਊਂਟ ਦੇ ਨਾਲ ਖੋਲ੍ਹਣ ਦੇ ਦਿੱਤਾ ਜਾਂਦਾ ਉਹ ਇਸ ਕਰਕੇ ਦਿੱਤਾ ਜਾਂਦਾ ਕਿ ਤੁਸੀਂ ਸਮੇਂ ਦੇ ਹਾਣੀ ਬਣ ਸਕੋ ਜੀ, ਕਿਉਂਕਿ ਕੈਨੇਡਾ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਲੈਣੀ ਹੈ, ਕਾਰ ਲੈਣੀ ਹੈ, ਘਰ ਲੈਣਾ ਵਾ, ਮੌਰਗੇਜ ਲੈਣੀ ਹੈ, ਉਹਦੇ ਵਾਸਤੇ ਤਾਂ ਤੁਹਾਡਾ ਕ੍ਰੈਡਿਟ ਦੇ ਹਿਸਾਬ ਨਾਲ ਕ੍ਰੈਡਿਟ ਚੈੱਕ ਕਰਕੇ ਮਿਲਣੀ ਹੈ ਅਤੇ ਉਹ ਕ੍ਰੈਡਿਟ ਨੂੰ ਡਿਵੈਲਪ ਕਰਨ ਵਾਸਤੇ ਤੁਹਾਨੂੰ ਜਿਹੜਾ ਉਹ ਵੀਜ਼ਾ ਕਾਰਡ ਇਸ਼ੂ ਕਰਿਆ ਜਾਂਦਾ ਅਤੇ ਕਿ ਤੁਸੀਂ ਸਮੇਂ ਦੇ ਹਾਣੀ ਬਣੋ, ਜੇ ਕੱਲ੍ਹ ਨੂੰ ਕੋਈ ਚੀਜ਼ ਲੈਣੀ ਪੈਂਦੀ ਹੈ ਤਾਂ ਤੁਹਾਡਾ ਕ੍ਰੈਡਿਟ ਉਸ ਹਿਸਾਬ ਦਾ ਬਣਿਆ ਹੋਵੇ ਕਿ ਤੁਸੀਂ ਉਸ ਚੀਜ਼ ਨੂੰ ਬਾਏ ਕਰ ਸਕੋ। ਇਹ ਜਿਹੜੇ ਨਵੇਂ ਦਰਸ਼ਕ ਨੇ, ਕ੍ਰੈਡਿਟ ਹੁੰਦਾ ਕੀ ਆ? ਐਕਚੁਅਲੀ ਜੀ ਕ੍ਰੈਡਿਟ ਹੈ ਜਿਹੜਾ ਬੈਂਕਾਂ ਤੋਂ ਲਿਆ ਹੋਇਆ ਉਧਾਰ ਹੈ, ਉਸ ਨੂੰ ਵਾਪਸ ਕਰਨ ਦਾ ਤੁਹਾਡਾ ਕੀ ਤਰੀਕਾ? ਮੇਨ ਪੰਜਾਬੀ ਸਿੱਧੇ ਲਫ਼ਜ਼ਾਂ 'ਚ ਕਹਿ ਲਈਏ ਵੀ ਤੁਹਾਡਾ ਵਿਹਾਰ ਕਿਹੋ ਜਿਹਾ? ਜਿਹੜਾ ਤੁਹਾਡਾ ਵਿਹਾਰ ਆ ਉਹ ਕੀ ਆ? ਆਮ ਆਪਣਾ ਇੰਡੀਆ ਦੇ ਵਿੱਚ ਸੁਣਿਆ ਹੋਣਾ, ਵੇਖਿਆ ਵੀ ਆ ਜੀ, ਅਸੀਂ ਜੇ ਪਿੰਡ 'ਚੋਂ ਬੰਦਾ ਲੈ ਜਾਂਦਾ 1,000 ਰੁਪਏ 1,000 ਰੁਪਏ ਨੂੰ ਪੈਸੇ ਧਾਰੇ ਦੇ ਦੇ ਵੀ ਕਣਕ ਆਈ ਅਤੇ ਝੋਨਾ ਆਏ ਅਤੇ ਵਾਪਸ ਕਰ ਦੇਗਾ ਜੀ। ਉਹ ਕਈ ਵਾਰ ਸਾਨੂੰ ਪੜਦੇ ਜੇ ਨਾ ਉਹਲੇ ਖੜ ਕੇ ਕਹਿੰਦਾ ਹੁੰਦਾ ਯਾਰ ਵੀ ਤੂੰ ਵੇਚਣਾ ਗਵਾਹ ਨਾ ਬਣ ਜੀ, ਇਹਦਾ ਬੰਦੇ ਦਾ ਵਿਹਾਰ ਬਹੁਤ ਮਾੜਾ, ਵੀ ਪੈਸੇ ਵਾਪਸ ਨਹੀਂ ਆਉਣੇ, ਐਂਡ ਆਫ ਦਾ ਡੇ ਤੈਨੂੰ ਦੇਣੇ ਪੈਣੇ। ਪਰ ਕਈ ਵਾਰੀ ਉਹ ਅੜਦੀ ਆ ਜਿਹੜਾ ਜਿਹੜਾ ਤੁਹਾਡਾ ਪੱਕਾ ਅੜਦੀ ਵੀ ਹੁੰਦਾ ਸੀ ਨਾ, ਉਹਨੂੰ ਤੁਹਾਡੀਆਂ ਆਦਤਾਂ ਦਾ ਪਤਾ ਹੁੰਦਾ ਸੀ, ਉਹ ਸੇਮ ਵਿਹਾਰ ਹੀ ਆ ਜੀ। ਤੁਸੀਂ ਕਈ ਵਾਰੀ ਕੋਈ ਇਹੋ ਜਿਹੇ ਚੀਜ਼ ਵਾਸਤੇ ਪੈਸੇ ਚੱਕਣ ਜਾਣਾ ਨਾ, ਉਹ ਤੁਹਾਨੂੰ ਮਿਲਦੇ ਨਹੀਂ ਸੀ, ਉਹ ਤੁਹਾਨੂੰ ਕਹਿੰਦਾ ਹੁੰਦਾ ਸੀ ਵੀ ਕਾਹਤੋਂ ਪੰਗਾ ਲੈਣਾ, ਬਿਲਕੁਲ ਉਹ ਤੁਹਾਨੂੰ ਟਰਕਾਉਂਦਾ ਹੁੰਦਾ ਸੀ, ਤੁਹਾਨੂੰ ਸਮਝਾਉਂਦਾ ਹੁੰਦਾ ਸੀ, ਉਹਨੇ ਪੱਲਿਓ ਖਲੋਣਾ ਵੀ ਤੇ ਕਾਲਾਂ ਨੂੰ ਪੈਗ ਸ਼ੈਗ ਵੀ ਲਾਉਣਾ ਵੀ ਤੂੰ ਇਸ ਕੰਮ ਦੇ ਨਾਲ ਘਾਟੇ ਦਾ ਸੌਦਾ। ਬਿਲਕੁਲ ਇਹਨਾਂ ਮੁਲਕਾਂ ਦੇ ਵਿੱਚ ਰਹਿਣਾ ਜੀ ਇਹ ਟੋਟਲੀ ਡਿਫਰੈਂਟ ਆ ਜੀ, ਜਦੋਂ ਤੁਹਾਡੇ ਕੋਲ ਪੈਸੇ ਹੁੰਦੇ ਨੇ ਬੈਂਕਾਂ ਤੁਹਾਨੂੰ ਉਦੋਂ ਹੀ ਪੈਸੇ ਆਫਰ ਕਰਦੀਆਂ ਜੀ, ਜਦੋਂ ਤੁਸੀਂ ਡੈਟ ਦੇ ਵਿੱਚ ਹੁੰਦੇ ਉਦੋਂ ਬੈਂਕ ਤੁਹਾਡੀ ਕੋਈ ਬਾਂਹ ਨਹੀਂ ਫੜਦੀ। ਐਗਜੈਕਟਲੀ ਐਗਜੈਕਟਲੀ। ਅਸੀਂ ਅੱਜ ਕੱਲ੍ਹ ਤਾਂ ਹੁਣ ਸਾਰਿਆਂ ਰਿਵਾਜ਼ ਬਣ ਗਿਆ ਇਹ ਕਿ ਤੁਸੀਂ ਕਾਰਾਂ ਲੈਣ ਜਾਂਦੇ ਹੋ, ਬਿਲਕੁਲ ਉਹ ਕਦੇ ਚੱਕਰੀ ਕੋਈ ਨਹੀਂ ਜੀ, ਤੁਸੀਂ ਪੈਸਾ ਕੋਈ ਨਹੀਂ ਦੇਣਾ, ਹਾਂ ਤੁਸੀਂ ਘਰ ਦੀ ਚਾਬੀ ਫੜੋ ਬਸ ਆ ਇੱਥੇ ਸਾਈਨ ਕਰ ਦਿਓ। ਤੁਸੀਂ ਫਰਨੀਚਰ ਸਟੋਰ 'ਤੇ ਜਾਂਦੇ ਹੋ, ਅਗਲਾ ਕਹਿੰਦਾ ਵੀ ਪਸੰਦ ਕਰ ਲਓ ਜੀ ਫਰਨੀਚਰ, ਚੱਕਰ ਕੋਈ ਨਹੀਂ 6 ਮਹੀਨੇ ਸਾਲ ਕੋਈ ਦਵਾਨੀ ਨਹੀਂ ਦੇਣੀ, ਬਿਲਕੁਲ ਵਧੀਆ ਅਪਲਾਇੰਸ ਲੈਣ ਨੂੰ ਜੀ ਕਰਦਾ, ਕਹਿੰਦਾ ਚੱਕਰੀ ਕੋਈ ਨਹੀਂ, ਤੁਸੀਂ ਬਸ ਪੇਪਰ ਸਾਈਨ ਕਰੋ ਅਤੇ ਤੁਹਾਡੇ ਘਰ ਸਮਾਨ ਪਹੁੰਚ ਜੂਗਾ ਜੀ। ਜਿਹੜੀ ਇਹ ਆਦਤ ਆ ਇਹ ਕਿੱਥੋਂ ਤੱਕ ਜਾਇਜ਼ ਆ? ਇੱਥੋਂ ਤੱਕ ਕਿ ਜੇ ਅਸੀਂ ਆਮ ਤੌਰ ਦੇ ਉੱਪਰ ਜੇ ਕੋਈ ਮੈਟਰਸ ਬਾਹਰੋਂ 500 ਦਾ ਆਉਂਦਾ, ਅਗਲਾ ਕਹਿੰਦਾ ਵੀ 1100 ਦਾ 1200 ਦਾ ਮੈਟਰਸ ਲੈ ਕੇ ਉੱਥੇ ਵੀ ਹੁੱਬ ਕੇ ਕਹਿੰਦਾ ਜੀ ਵੀ ਇਹ ਤਾਂ ਫ੍ਰੀ ਲਾਇਆ ਸੀ ਉਹਨਾਂ ਨੇ, ਬਸ ਆਹ ਪੈਸੇ ਜਿਹੜੇ 6 ਮਹੀਨੇ ਤੱਕ ਦੇਣੇ ਆ ਉਹ ਆਪਾਂ ਝਟਕਾ ਮਾਰਨੇ। ਦੇਖਣ ਵਾਲੀ ਰਾਣਾ ਜੀ ਇਹ ਗੱਲ ਆ ਕਿ ਜੇ ਤੁਹਾਡੇ ਕੋਲ ਅੱਜ ਪੈਸੇ ਹੈ ਨਹੀਂ ਤਾਂ ਸਾਲ ਨੂੰ ਜਾਂ 6 ਮਹੀਨਿਆਂ ਨੂੰ ਪੈਸੇ ਕਿੱਥੋਂ ਆਉਣੇ? ਸੋ ਕਿਹੜੀ ਕੁਕੜੀ ਇਹਨੇ ਸੋਨੇ ਦਾ ਆਂਡਾ ਦੇ ਦੇਣਾ ਜੀ? ਬਿਲਕੁਲ ਜੀ, ਤੁਹਾਡੀ ਇੰਨੀ ਇਨਕਮ ਇੰਨੀ ਤਨਖਾਹ ਨਹੀਂ ਵਧਣੀ ਕਿ ਤੁਸੀਂ ਸਾਲ ਬਾਅਦ ਉਹ ਪੈਸੇ ਵਾਪਸ ਕਰ ਸਕੋ। ਜਦੋਂ ਤੁਸੀਂ ਸਾਲ ਬਾਅਦ ਆ ਜਿਹੜਾ ਉਹਦਾ ਟਾਈਮ ਪੀਰੀਅਡ ਲੰਘ ਗਿਆ, ਤੁਸੀਂ ਪੈਸੇ ਨਾ ਵਾਪਸ ਕੀਤੇ ਤਾਂ ਉਸਦਾ ਪਹਿਲੇ ਦਿਨ ਤੋਂ ਵਿਆਜ ਸ਼ੁਰੂ ਹੋ ਜਾਣਾ। ਇੱਕ ਤਾਂ ਤੁਸੀਂ ਆਲਰੇਡੀ ਓਵਰ ਪੇਮੈਂਟ ਕਰਨੀ ਉਹਦੀ, ਕਿਉਂਕਿ ਜਿਹੜੀ ਚੀਜ਼ ਤੁਸੀਂ ਬਾਏ ਕੀਤੀ ਹੈ ਮਾਰਕੀਟ ਰੇਟ ਨਾਲੋਂ ਆਲਰੇਡੀ ਮਹਿੰਗੀ ਕੀਤੀ ਹੋਈ ਜੀ, ਕਿਉਂਕਿ ਜੇ ਕੋਈ ਦੁਕਾਨਦਾਰ ਤੁਹਾਨੂੰ ਬਿਨਾਂ HST ਤੋਂ ਚੀਜ਼ ਵੇਚ ਰਿਹਾ, ਬਿਨਾਂ ਟੈਕਸ ਤੋਂ ਵੇਚ ਰਿਹਾ ਅਤੇ ਬਿਨਾਂ ਵਿਆਜ ਤੋਂ ਵੇਚ ਰਿਹਾ ਸਾਲਾ, ਤਾਂ ਇਟ ਮੀਨ ਵੀ ਉਹਦੀ ਜਿਹੜੀ ਪ੍ਰਾਈਸ ਦੇ ਵਿੱਚ ਉਹ ਪੈਸੇ ਇਨਕਲੂਡ ਹੋ ਚੁੱਕੇ ਨੇ ਜੀ। ਦੇਖੋ ਇਵੇਂ ਨਹੀਂ ਹੋ ਸਕਦਾ ਕਿ ਬਿੱਲ ਆਫ ਸੇਲ ਦੇ ਉੱਤੇ ਤੁਹਾਨੂੰ ਚੀਜ਼ ਮਿਲੇ ਅਤੇ ਉਹਦੇ ਉੱਤੇ ਟੈਕਸ ਨਾ ਲੱਗੇ ਜੀ। ਅਤੇ ਇਹੋ ਜਿਹਾ ਕੈਨੇਡਾ ਦੇ ਵਿੱਚ ਕੋਈ ਬੈਂਕਿੰਗ ਅਦਾਰਾ ਨਹੀਂ ਗਾ ਜਾਂ ਪ੍ਰਾਈਵੇਟ ਫਾਈਨਾਂਸਿੰਗ ਨਹੀਂ ਗੀ ਕਿ ਜਿਹੜਾ ਤੁਹਾਨੂੰ ਬਿਨਾਂ ਵਿਆਜ ਤੋਂ ਪੈਸੇ ਦੇਵੇ। ਇਹ ਦੋ ਚੀਜ਼ਾਂ ਵੇਖਣ ਵਾਲੀਆਂ ਗੱਲਾਂ ਨੇ ਜੀ, ਵੀ ਜੇ ਐਂਡ ਆਫ ਦਾ ਡੇ ਤੁਸੀਂ ਸਾਲ ਬਾਅਦ ਆ ਪੈਸੇ ਵਾਪਸ ਨਹੀਂ ਕਰਦੇ ਤਾਂ ਫਸਟ ਦਿਨ ਤੋਂ ਪਹਿਲੇ ਦਿਨ ਤੋਂ ਤੁਹਾਡਾ ਜਿਹੜਾ ਵਿਆਜ ਸ਼ੁਰੂ ਹੋ ਜਾਣਾ। ਅਤੇ ਜੇ ਕੋਸ਼ਿਸ਼ ਕਰੋ ਕਿ ਜੇ ਤੁਹਾਡੇ ਕੋਲ ਅੱਜ ਪੈਸੇ ਦੇਣ ਵਾਸਤੇ ਹੈ ਨਹੀਂ ਨੇ, ਉਹੀ ਚੀਜ਼ ਲਓ ਜਿਹਦੀ ਤੁਹਾਨੂੰ ਲੋੜ ਹੈ, ਵੀ ਅਨਨਸੈਸਰਲੀ ਇਹਨਾਂ ਫਾਲਤੂ ਜਿਹੜੇ ਖਰਚੇ ਨੇ ਉਹਨਾਂ ਤੋਂ ਬਚੋ ਕਿ ਕੋਸ਼ਿਸ਼ ਕਰੋ ਕਿ ਉਹੀ ਚੀਜ਼ ਲਈ ਜਾਵੇ ਜਿਹਦੀ ਲੋੜ ਆ, ਨੀਡ ਐਂਡ ਵਾਂਟ ਫਿਰ ਉੱਥੇ ਜੀ 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 ਜੀ। ਸੋ ਜੇ ਮੰਨ ਲਓ ਤੁਸੀਂ ਏਸੀ ਦੇ ਵਿੱਚ ਆਪਾਂ, ਮੈਂ ਇਸ ਸਵਾਲ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਪਾਉਣਾ, ਅੱਜ ਕੱਲ੍ਹ ਸਟੂਡੈਂਟ ਬੱਚੇ ਬਹੁਤ ਆਉਂਦੇ ਨੇ, ਬਿਲਕੁਲ ਉਹ ਜਦੋਂ ਉੱਥੇ ਨਾਲੋਂ ਆਪਣੇ ਟੋਟਲੀ ਫਰਕ ਆ ਜੀ। ਹਾਂ ਇੱਥੋਂ ਹਿਸਾਬ ਕਿਤਾਬ ਦਾ ਕਈ ਵਾਰੀ ਹੁੰਦਾ ਕਿ ਤੁਹਾਡਾ ਤੁਸੀਂ ਕ੍ਰੈਡਿਟ ਕਾਰਡ ਵਰਤ ਲਿਆ, ਮਿਨੀਮਮ ਪੇਮੈਂਟ ਆ ਗਈ, ਬਿਲਕੁਲ ਅਗਲਾ ਸੋਚਦਾ ਵੀ ਆ $20-25 ਕੀ ਦੇਣੇ ਆ, ਅਗਲੀ ਵਾਰੀ ਇਕੱਠਾ 100 ਦੇਵਾਂਗੇ ਜਾਂ ਫਿਰ ਜੇ 250-300 ਦਾ ਬਿੱਲ ਆ ਸਾਰਾ ਝਟਕਾ ਦੇਵਾਂਗੇ। ਇਹ ਆਦਤ ਆਪਣੀ ਸਹੀ ਹੈ? ਬਿਲਕੁਲ ਨਹੀਂ ਜੀ। ਵੇਖੋ ਪੇਮੈਂਟ ਜਦੋਂ ਤੁਹਾਡੀ ਮਿਸ ਹੁੰਦੀ ਹੈ ਨਾ ਜੀ, ਭਾਵੇਂ ਤਾਂ ਉਹ $5 ਦੀ ਹੈ, ਭਾਵੇਂ $100 ਦੀ ਹੈ ਅਤੇ ਭਾਵੇਂ $50,000 ਦੀ ਹੈ ਜੀ, ਜਿਹੜਾ ਉਹਦਾ ਕ੍ਰੈਡਿਟ 'ਤੇ ਇਫੈਕਟ ਆ ਸੇਮ ਪੈਣਾ, ਉਹ ਤੁਹਾਡੀ ਲੇਟ ਪੇਮੈਂਟ ਗਿਣੀ ਜਾਣੀ ਹੈ। ਜਦੋਂ ਕਿਤੇ ਫਿਊਚਰ ਦੇ ਵਿੱਚ ਤੁਸੀਂ ਕੋਈ ਲੋਨ ਲੈਣਾ, ਕੋਈ ਮੌਰਗੇਜ ਲੈਣੀ ਹੈ, ਉਹਦੇ ਵਾਸਤੇ ਅਪਲਾਈ ਕਰਨਾ, ਬੈਂਕ ਨੇ ਤੁਹਾਡਾ ਕ੍ਰੈਡਿਟ ਚੈੱਕ ਕਰਨਾ ਅਤੇ ਬੈਂਕ ਨੂੰ ਦੇਖਣਾ ਕਿ ਆਹ ਲੇਟ ਪੇਮੈਂਟ ਕੀਤੀ ਸੀ, ਉਹਦਾ ਤੁਹਾਨੂੰ ਸਪਸ਼ਟੀਕਰਨ
ਜੇ ਤਾਂ ਬੈਂਕ ਨੂੰ ਤੁਹਾਡਾ ਸਪਸ਼ਟੀਕਰਨ ਵਾਜਬ ਲੱਗਿਆ ਜੀ ਤੇ ਉਹਨਾਂ ਨੇ ਮੰਨਣਾ, ਜੇ ਨਹੀਂ ਵਾਜਬ ਲੱਗਿਆ ਤੇ ਉਹਨਾਂ ਨੇ ਤੁਹਾਨੂੰ ਨਵਾਂ ਲੋਨ ਦੇਣ ਤੋਂ ਜਿਹੜਾ ਇਨਕਾਰੀ ਹੋ ਜਾਣਾ। ਵੀ ਕੋਸ਼ਿਸ਼ ਕਰੋ ਜਿਹੜਾ ਵੀ ਤੁਸੀਂ ਬਿੱਲ ਆਉਂਦਾ, ਭਾਵੇਂ ਉਹ ਨਿਊ ਇਮੀਗ੍ਰਾਂਟ ਨੇ, ਸਟੂਡੈਂਟ ਨੇ ਜਾਂ ਪੁਰਾਣੇ ਲੋਕ ਇੱਥੋਂ ਦੇ ਰਹਿਣ ਵਾਲੇ ਜੀ, ਉਸ ਦਾ ਮਿਨੀਮਮ ਪੇਮੈਂਟ ਲਾਜ਼ਮੀ ਪੇ ਕਰੋ ਉਹਦੇ ਲਾਸਟ ਦਿਨ ਤੋਂ ਪਹਿਲਾਂ ਪਹਿਲਾਂ ਜੀ। ਵੀ ਜੇ ਤੁਸੀਂ ਉਹਦਾ ਮਿਨੀਮਮ ਪੇਮੈਂਟ ਜਿਹੜੀ ਆ ਉਹ ਦੇਣੀ ਭੁੱਲ ਜਾਓਗੇ ਜਾਂ ਜਾਣ ਕੇ ਨਾ ਦਿਓਗੇ ਤਾਂ ਉਹ ਤੁਹਾਡਾ ਜਿਹੜਾ ਕ੍ਰੈਡਿਟ ਆ ਵਿਗੜ ਸਕਦਾ ਜੀ। ਚਲੋ ਮੰਨ ਲਓ ਹੁਣ ਨੱਕੋ ਮੂੰਹ ਝੁੱਲ ਗਈ, ਹਾਂ ਕ੍ਰੈਡਿਟ ਜਿਹੜਾ ਜੀ ਉਹ ਵੀ ਖਰਾਬ ਹੋ ਗਿਆ, ਬਿਲਕੁਲ, ਫਿਰ ਤੁਹਾਨੂੰ ਫੋਨ ਆਉਣ ਲੱਗ ਪਿਆ ਜੀ ਕਲੈਕਸ਼ਨ ਏਜੰਸੀਆਂ ਦੇ, ਕ੍ਰੈਡਿਟ ਵੱਧ ਇੰਨਾ ਗਿਆ, ਕਰਜ਼ਾ ਵੱਧ ਇੰਨਾ ਗਿਆ ਆ ਵੀ ਬੰਦਾ ਜਿਹੜਾ ਜੀ ਉਹ ਕਹਿੰਦਾ ਵੀ ਹੁਣ ਮੈਂ ਰੋਟੀ ਖਾਵਾਂ ਜਾਂ ਪੈਸੇ ਵਾਪਸ ਕਰਾਂ। ਬਿਲਕੁਲ, ਉਦੋਂ ਫਿਰ ਕਈ ਸਲਾਹੂ ਜਿਹੜੇ ਆ ਉਹ ਸਲਾਹ ਦਿੰਦੇ ਆ ਵੀ ਬੈਂਕਰਪਸੀ ਕਰ ਦੇ, ਕਿਹਨਾਂ ਹਾਲਤਾਂ ਦੇ ਵਿੱਚ ਬੈਂਕਰਪਸੀ ਕਰਨੀ ਚਾਹੀਦੀ ਹੈ ਜਾਂ ਫਿਰ ਇਸ ਤੋਂ ਛੁਟਕਾਰਾ ਪਾਉਣ ਲਈ ਕੋਈ ਰਾਹ ਹੈ? ਬਿਲਕੁਲ ਜੀ, ਵੇਖੋ ਆਮ ਆਪਣੇ ਵਿੱਚ ਨਾ ਧਾਰਨਾ ਬਣੀ ਹੋਈ ਆ ਲੋਕਾਂ ਦੇ ਵਿੱਚ ਕਿ ਕਰਜ਼ਾ ਮਾਫ਼ ਕਰਾਉਣਾ ਅਤੇ ਬੈਂਕਰਪਸੀ ਕਰ ਲਾਂਗੇ ਜੀ, ਪਰ ਐਵਰੀ ਇੰਡੀਵਿਜੂਅਲ ਬੈਂਕਰਪਸੀ ਵਾਸਤੇ ਕੁਆਲੀਫਾਈ ਨਹੀਂ ਕਰਦਾ। ਪਰ ਤੁਸੀਂ ਬੈਂਕਰਪਸੀ ਕਰਨ ਤੋਂ ਬਿਨਾਂ ਵੀ ਕਰਜ਼ਾ ਮਾਫ਼ ਕਰਵਾ ਸਕਦੇ ਹੋ। ਕੈਨੇਡੀਅਨ ਕਾਨੂੰਨ ਆ ਜੀ, ਕਾਨੂੰਨ ਦਾ ਨਾਮ ਹੈਗਾ ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ। ਉਸ ਐਕਟ ਦੇ ਅਧੀਨ ਤੁਸੀਂ $1,000 ਤੋਂ ਲੈ ਕੇ $2,50,000 ਤੱਕ ਦਾ ਜਿਹੜਾ ਕਰਜ਼ਾ ਉਹ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ਼ ਕਰਵਾ ਸਕਦੇ। 75% ਤੱਕ ਕਰਜ਼ਾ ਇਸ ਦੇ ਵਿੱਚ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ ਤੁਸੀਂ 5 ਸਾਲਾਂ ਦੀਆਂ ਇਕੁਅਲ ਇੰਸਟਾਲਮੈਂਟ ਦੇ ਵਿੱਚ ਤਬਦੀਲ ਕਰ ਸਕਦੇ ਹੋ, ਜਿਹੜੀਆਂ ਟੋਟਲੀ ਵਿਆਜ ਤੋਂ ਫਰੀ ਹੁੰਦੀਆਂ ਨੇ। ਅਤੇ ਫੁੱਲੀ ਓਪਨ ਪ੍ਰੋਗਰਾਮ ਹੈ, ਜੇ ਚਾਹੋ ਤਾਂ 5 ਸਾਲਾਂ ਤੋਂ ਪਹਿਲਾਂ ਵੀ ਪੈਸੇ ਵਾਪਸ ਕਰ ਸਕਦੇ ਹੋ ਜੀ। ਜੀ, ਉਹਦੇ ਵਾਸਤੇ ਕੀ ਕਰਨਾ ਹੋਊਗਾ? ਉਹਦੇ ਵਾਸਤੇ ਜੀ ਤੁਹਾਨੂੰ ਕਿਸੇ ਵੀ ਜਿਹੜੇ ਅਦਾਰੇ ਇਹ ਕੰਮ ਕਰਦੇ ਨੇ, ਜਿਵੇਂ ਸਾਡਾ ਇੱਕ ਕੰਪਨੀ ਆ ਜੀ ਜਾਂ ਹੋਰ ਕੰਪਨੀਜ਼ ਨੇ ਜਾਂ ਕੋਈ ਇੰਡੀਵਿਜੁਅਲ ਲੋਕ ਨੇ ਜਿਹੜੇ ਇਹੋ ਜਿਹੇ ਸੇਵਾਵਾਂ ਦਿੰਦੇ ਨੇ ਜੀ, ਅਤੇ ਉਹ ਸੁਪਰਟੈਂਡੈਂਟ ਆਫ ਬੈਂਕਰਪਸੀ ਦੇ ਆਫਿਸ ਦੇ ਨਾਲ ਰਜਿਸਟਰ ਨੇ, ਉਹਨਾਂ ਦੇ ਦਫ਼ਤਰ ਦੀਆਂ ਸੇਵਾਵਾਂ ਲੈਣੀਆਂ ਪੈਣਗੀਆਂ ਜੀ। ਮੈਂ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਕੋਲ ਹੀ ਆਓ, ਹੋਰ ਵੀ ਬਹੁਤ ਕੰਪਨੀਜ਼ ਨੇ ਜਿਹੜੀਆਂ ਇਹ ਸੇਵਾਵਾਂ ਦਿੰਦੀਆਂ ਨੇ, ਪਰ ਸੈਕਿੰਡ ਓਪੀਨੀਅਨ ਜ਼ਰੂਰ ਲਓ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਤੁਹਾਡੇ ਵਾਸਤੇ ਕਿਹੜੀ ਗੱਲ ਸਹੀ ਹੈ ਅਤੇ ਕਿਹੜੀ ਗੱਲ ਗਲਤ। ਮੋਸਟਲੀ ਇੱਕ ਆਪਣੇ ਇਹ ਹੁੰਦਾ ਕਿ ਯਾਰ ਜੇ ਬਾਹਰ ਪਤਾ ਲੱਗ ਗਿਆ ਬਦਨਾਮੀ ਹੋਊ, ਉਹ ਕਿਸੇ ਕੋਲ ਗੱਲ ਨਹੀਂ ਕਰਦੇ ਜਾਂ ਫਿਰ ਉਹ ਇਸ ਡਰੋਂ ਜਿਹੜੇ ਆ ਜੀ ਉਹ ਤੁਹਾਡੇ ਵਰਗੀਆਂ ਕੰਪਨੀਆਂ ਕੋਲ ਨਹੀਂ ਜਾਂਦੇ ਯਾਰ ਜੇ ਗੱਲ ਨਿਕਲ ਗਈ ਬੇਇੱਜ਼ਤੀ ਹੋਊ, ਇਹ ਸਾਰਾ ਕੁਝ ਜਿਹੜਾ ਜੀ ਉਹ ਟੋਟਲ ਸੀਕ੍ਰੇਟ ਹੁੰਦਾ ਜੀ। ਬਿਲਕੁਲ ਜੀ, ਅੰਡਰ ਪ੍ਰਾਈਵੇਸੀ ਐਕਟ ਜੀ ਅਸੀਂ ਕਿਸੇ ਵੀ ਇੰਡੀਵਿਜੁਅਲ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਕਿਸੇ ਨੂੰ ਪ੍ਰੋਵਾਈਡ ਨਹੀਂ ਕਰ ਸਕਦੇ, ਠੀਕ, ਉਹਦੇ ਕੰਸੈਂਟ ਤੋਂ ਬਿਨਾਂ। ਜੇ ਉਹ ਸਾਨੂੰ ਕੰਸੈਂਟ ਦਿੰਦਾ ਤਾਂ ਉਹਦੀ ਫੈਮਿਲੀ ਨੂੰ ਉਹਦੀ ਇਨਫੋਰਮੇਸ਼ਨ ਰਿਲੀਜ਼ ਹੋ ਸਕਦੀ ਆ, ਨਹੀਂ ਤਾਂ ਨਹੀਂ ਹੋ ਸਕਦੀ। ਜਿੰਨੀ ਵੀ ਇਨਫੋਰਮੇਸ਼ਨ ਹੈ 100% ਕੌਨਫੀਡੈਂਸ਼ੀਅਲ ਹੁੰਦੀ ਹੈ, ਅਤੇ ਇਹਦੇ ਵਿੱਚ ਘਬਰਾਉਣ ਦੀ ਲੋੜ ਕੋਈ ਨਹੀਂ ਕਿ ਤੁਹਾਡਾ ਕਿਸੇ ਨੂੰ ਪਤਾ ਲੱਗ ਜੂਗਾ। ਵੇਖੋ ਐਂਡ ਆਫ ਦਾ ਡੇ ਜੇ ਤੁਸੀਂ ਪੈਸੇ ਨਹੀਂ ਦਿੰਦੇ ਜੀ ਜਾਂ ਤੁਹਾਡਾ ਘਰ ਪਾਵਰ ਆਫ ਸੇਲ 'ਤੇ ਚਲ ਜਾਂਦਾ, ਤੁਹਾਡੇ ਅਗੇਂਸਟ ਜੱਜਮੈਂਟ ਹੋ ਜਾਂਦੀ ਹੈ, ਤੁਹਾਡੀ ਕੋਈ ਸੀਜ਼ ਜਿਹੜੀ ਚੀਜ਼ ਤੁਸੀਂ ਲਈ ਹੋਈ ਆ ਉਹ ਸੀਜ਼ ਹੋ ਜਾਂਦੀ ਹੈ, ਬੈਂਕ ਚੁੱਕ ਕੇ ਲੈ ਜਾਂਦਾ। ਮੈਂ ਉਦਾਹਰਨ ਤੌਰ 'ਤੇ ਕਾਰ ਦੀ ਗੱਲ ਕਰਦਾ, ਤੁਸੀਂ ਨਹੀਂ ਪੇਮੈਂਟ ਕਰ ਰਹੇ, ਕਾਰ ਬੈਂਕ ਚੁੱਕ ਕੇ ਲੈ, ਐਂਡ ਆਫ ਦਾ ਡੇ ਵੀ ਪਤਾ ਲੱਗਣਾ ਹੀ ਆ ਵੀ ਕੀ ਗੱਲ ਹੋਈ ਹੈ। ਸਹੀ ਗੱਲ, ਵੀ ਇਹਦੇ ਨਾਲੋਂ ਬਿਮਾਰੀ ਨੂੰ ਐਂਡ ਤੱਕ ਜਾਣ ਤੋਂ ਪਹਿਲਾਂ ਉਹਦੀ ਉਹਨੂੰ ਸਟਾਰਟਿੰਗ ਦੇ ਵਿੱਚ ਸ਼ੁਰੂ ਤੋਂ ਫੜ ਲਿਆ ਜਾਵੇ ਅਤੇ ਤੁਸੀਂ ਇਹਨਾਂ ਮੁਸੀਬਤਾਂ 'ਚੋਂ ਬਚ ਸਕਦੇ ਹੋ ਜੀ। ਇੱਕ ਵਾਰੀ ਆਪਣਾ ਫੋਨ ਨੰਬਰ ਅਤੇ ਐਡਰੈਸ ਦੇ ਦਿਓ ਆਪਣੀ ਜ਼ਬਾਨੀ 'ਚ। ਹਾਂ ਬਿਲਕੁਲ ਜੀ, ਸਾਡੇ ਆਫਿਸ ਦਾ ਫੋਨ ਨੰਬਰ ਹੈਗਾ 416-502-3100, ਐਡਰੈਸ ਹੈਗਾ ਜੀ 7015-98 ਡਰਾਈਵ ਜੂਨੀ ਨੰਬਰ 20 ਮਿਸਾਗਾ ਚੇਰੀਓ। ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ ਦੇ ਵਿੱਚ ਫਸਿਆ ਹੋਇਆ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕਰਜ਼ੇ ਘਟਣ ਦੀ ਥਾਂ ਵੱਧ ਰਹੇ ਨੇ ਜਾਂ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ, ਤਾਂ ਉਹ ਭੈਣ ਭਰਾ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-502-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਇਹਨਾਂ ਮੁਸੀਬਤਾਂ ਤੋਂ ਕੱਢ ਸਕਦੇ ਹਾਂ, ਨਵੇਂ ਸਿਰੇ ਉਹਨਾਂ ਭੈਣ ਭਰਾਵਾਂ ਨੂੰ ਫਾਈਨੈਂਸ਼ੀਅਲ ਫਰੈਸ਼ ਸਟਾਰਟ ਤੋਂ ਆਇਆ ਜਾ ਸਕਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਦੋਸਤੋ, ਅਗਲੇ ਹਫ਼ਤੇ ਫਿਰ ਅਸੀਂ ਇੱਕ ਵਧੀਆ ਗੱਲਬਾਤ ਲੈ ਕੇ ਆਵਾਂਗੇ ਔਰ ਇਸੇ ਚੀਜ਼ ਨੂੰ ਐਕਸਟੈਂਡ ਕਰਕੇ, ਖਾਸ ਤੌਰ ਦੇ ਉੱਪਰ ਜਦੋਂ ਪਰਿਵਾਰਾਂ ਦੇ ਵਿੱਚ ਕਿਤੇ ਫਿੱਕ ਪੈਂਦਾ, ਮੀਆਂ ਬੀਵੀ ਦਾ ਸਾਂਝਾ ਕ੍ਰੈਡਿਟ ਕਾਰਡ ਹੁੰਦੇ ਨੇ ਅਤੇ ਫਿਰ ਕਿਸੇ ਇੱਕ ਦੀ ਵਜ੍ਹਾ ਕਰਕੇ ਕ੍ਰੈਡਿਟ ਜਿਹੜਾ ਸਾਰਾ ਖਰਾਬ ਹੋ ਜਾਂਦਾ, ਉਹਨਾਂ ਹਾਲਤਾਂ ਦੇ ਵਿੱਚ ਕੀ ਹੋ ਸਕਦਾ ਜਾਂ ਫਿਰ ਉਸ ਸਿਚੁਏਸ਼ਨ ਦੇ ਵਿੱਚ ਫਸਣ ਤੋਂ ਕਿਵੇਂ ਬਚਿਆ ਜਾ ਸਕਦਾ, ਇਸ ਬਾਰੇ ਖੁੱਲ੍ਹ ਕੇ ਗੱਲਬਾਤ ਕਰਾਂਗੇ। ਤੁਸੀਂ ਮੀਨ ਟਾਈਮ ਕੋਈ ਸਲਾਹ ਲੈਣੀ ਹੋਵੇ, ਕੋਈ ਗੱਲਬਾਤ ਕਰਨੀ ਹੋਵੇ ਤਾਂ ਜਸਵੀਰ ਸਿੰਘ ਹੋਰਾਂ ਦੇ ਨਾਲ 416-502-3100 'ਤੇ ਗੱਲਬਾਤ ਕਰ ਸਕਦੇ ਹੋ। ਲਿਖੀ ਛੁੱਟੀਆਂ ਜੀ। ਬਿਲਕੁਲ ਜੀ, ਧੰਨਵਾਦ, ਰੱਬ ਰੱਖਾ ਜੀ।